ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ 'ਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਰਿਦਮ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ 'ਤੇ। ਅਦਾਲਤ 'ਚ ਕੇਜਰੀਵਾਲ ਦੀ ਸਿਹਤ ਹੋਈ ਖਰਾਬ, ਸੀਬੀਆਈ ਨੇ ਕੋਰਟ ਤੋਂ ਹੀ ਕੀਤਾ ਗ੍ਰਿਫਤਾਰ। ਓਮ ਬਿਰਲਾ ਦੇ ਸਪੀਕਰ ਚੁਣੇ ਜਾਣ ਤੇ ਬੋਲੇ ਪ੍ਰਧਾਨ ਮੰਤਰੀ ਮੋਦੀ, ਕਿਹਾ ਤੁਹਾਡੀ ਪ੍ਰਧਾਨਗੀ ਦੇਸ਼ ਦੇ ਨਾਗਰਿਕਾਂ ਦੇ ਸੁਪਨਿਆਂ ਨੂੰ ਕਰੇਗੀ ਪੂਰਾ। ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਦਿੱਤੀ ਵਧਾਈ, ਕਿਹਾ ਭਰੋਸਾ ਹੈ ਸਾਨੂੰ, ਸਦਨ 'ਚ ਤੁਸੀਂ ਚੁੱਕਣ ਦਿਓਗੇ ਆਵਾਜ਼। ਪਟਿਆਲਾ ਦੇ ਘਨੌਰ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਹੋਈ ਵੱਡੀ ਵਾਰਦਾਤ, ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਤਿੰਨ ਬੰਦਿਆਂ ਦਾ ਹੋਇਆ ਕਤਲ, ਦੋ ਹੋਏ ਜ਼ਖਮੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸ਼ਰਾਬ ਘਪਲੇ ਮਾਮਲੇ ਦੇ ਵਿੱਚ ਘਿਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਊਸ ਐਵਨਿਊ ਕੋਰਟ 'ਚ ਪੇਸ਼ੀ ਤੋਂ ਬਾਅਦ ਅਚਾਨਕ ਸਿਹਤ ਵਿਗੜ ਗਈ। ਜਾਣਕਾਰੀ ਅਨੁਸਾਰ ਸੀਬੀਆਈ ਨੇ ਉਸ ਨੂੰ ਕੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਘੱਟ ਹੋ ਗਿਆ। ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਕੋਰਟ ਰੂਮ ਤੋਂ ਬਾਹਰ ਲਿਆਂਦਾ ਗਿਆ ਅਤੇ ਦੂਜੇ ਕਮਰੇ ਦੇ ਵਿੱਚ ਚਾਹ ਅਤੇ ਬਿਸਕੁਟ ਦਿੱਤੇ ਗਏ। ਦੱਸ ਦਈਏ ਕਿ ਕੇਂਦਰੀ ਜਾਂਚ ਏਜੰਸੀ ਕੇਜਰੀਵਾਲ ਨੂੰ ਅੱਜ ਸਵੇਰੇ ਤਿਹਾੜ ਜੇਲ੍ਹ ਤੋਂ ਰਾਊਸ ਐਵਨਿਊ ਕੋਰਟ ਲੈ ਗਈ ਸੀ। ਕੇਜਰੀਵਾਲ ਨੂੰ ਛੁੱਟੀ ਵਾਲੇ ਬੈਚ ਦੇ ਜਸਟਿਸ ਅਮਿਤਾਬ ਰਾਵਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਸੀਬੀਆਈ ਨੇ ਅਦਾਲਤ ਤੋਂ ਉਹਨਾਂ ਦੀ ਹਿਰਾਸਤ ਦੀ ਮੰਗ ਕੀਤੀ ਹੈ ਤਾਂ ਕਿ ਉਹ ਉਸ ਤੋਂ ਪੁੱਛਗਿੱਛ ਕਰ ਸਕਣ। ਰਾਜਸਥਾਨ ਦੇ ਕੋਟਾ ਤੋਂ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਓਮ ਬਿਰਲਾ ਅੱਜ ਦੂਜੀ ਵਾਰ ਸਪੀਕਰ ਚੁਣੇ ਗਏ ਨੇ। ਪ੍ਰਧਾਨ ਮੰਤਰੀ ਮੋਦੀ ਦੇ ਓਮ ਬਿਰਲਾ ਨੂੰ ਸਪੀਕਰ ਚੁਣੇ ਜਾਣ ਦੀ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਰੋਸਾ ਹੈ ਕਿ ਆਉਣ ਵਾਲੇ 5 ਸਾਲ ਤੁਸੀਂ ਸਾਡੇ ਸਾਰਿਆਂ ਦਾ ਮਾਰਗ ਦਰਸ਼ਨ ਕਰੋਗੇ। ਤੁਹਾਡੀ ਇਹ ਮਿੱਠੀ ਮਿੱਠੀ ਮੁਸਕਾਨ ਸਾਨੂੰ ਸਾਰਿਆਂ ਨੂੰ ਖੁਸ਼ ਕਰਦੀ ਆਈ ਹੈ। ਦੂਜੀ ਵਾਰ ਸਪੀਕਰ ਦਾ ਕਾਰਜਭਾਰ ਮਿਲਣਾ ਨਵੇਂ ਨਵੇਂ ਰਿਕਾਰਡ ਬਣਦੇ ਵੇਖ ਰਹੇ ਹਾਂ। ਬਲਰਾਮ ਜਾਖੜ ਜੀ ਨੂੰ 5 ਸਾਲ ਦਾ ਕਾਰਜਕਾਲ ਖਤਮ ਕਰਨ ਬਾਅਦ ਸਪੀਕਰ ਦੀ ਜ਼ਿੰਮੇਵਾਰੀ ਫਿਰ ਤੋਂ ਮਿਲੀ ਸੀ। ਇਹਨਾਂ ਤੋਂ ਬਾਅਦ ਤੁਸੀਂ ਹੋ ਜਿਸ ਨੂੰ ਇਹ ਮੌਕਾ ਮਿਲਿਆ। ਨਵਾਂ ਇਤਿਹਾਸ ਤੁਸੀਂ ਰਚਿਆ। ਸਾਡੇ ਵਿੱਚੋਂ ਜ਼ਿਆਦਾਤਰ ਸੰਸਦ ਮੈਂਬਰ ਦੀ ਤੁਹਾਡੇ ਨਾਲ ਜਾਣ ਪਹਿਚਾਣ ਹੈ। ਇੱਕ ਸੰਸਦ ਦੇ ਰੂਪ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਦੇ ਨਾਲ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਕੰਮ ਕਰਦੇ ਹੋ, ਇਹ ਵੀ ਜਾਣਨ ਅਤੇ ਸਿੱਖਣ ਯੋਗ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਸਪੀਕਰ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਸਰਕਾਰ ਨਾਲ ਸਹਿਯੋਗ ਕਰਨਾ ਚਾਹੁੰਦੀ ਹੈ। ਸਰਕਾਰ ਕੋਲ ਵਧੇਰੇ ਸਿਆਸੀ ਤਾਕਤ ਹੈ ਪਰ ਵਿਰੋਧੀ ਧਿਰ ਵੀ ਭਾਰਤ ਦੀ ਨੁਮਾਇੰਦਗੀ ਕਰਦੀ ਹੈ। ਸਾਨੂੰ ਭਰੋਸਾ ਹੈ ਕਿ ਤੁਸੀਂ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨ ਦਿਓਗੇ। ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਗੈਰ ਜਮਹੂਰੀ ਹੈ। ਵਿਰੋਧੀ ਧਿਰ ਤੁਹਾਡੀ ਪੂਰੀ ਮਦਦ ਕਰੇਗਾ। ਦੱਸ ਦਈਏ ਕਿ ਬਿਰਲਾ ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ। ਉਧਰ ਪਟਿਆਲਾ ਜ਼ਿਲ੍ਹਾ ਦੇ ਘਨੌਰ ਨੇੜਲੇ ਪਿੰਡ ਚਤਰ ਨਗਰ ਨਿਗਾਵਾਂ ਵਿਖੇ ਜ਼ਮੀਨ ਵਾਹੁਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਝੜਪ 'ਚ ਗੋਲੀਆਂ ਚੱਲੀਆਂ, ਜਿਸ ਦੇ ਵਿੱਚ 3 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਅਤੇ 2 ਜ਼ਖਮੀ ਹੋਏ ਨੇ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਕਿਸੇ ਕੰਪਨੀ ਦੀ ਜ਼ਮੀਨ ਹੈ। ਦੋਨਾਂ ਧਿਰਾਂ ਵੱਲੋਂ ਇਸ ਜ਼ਮੀਨ ਨੂੰ ਵਾਹੁਣ ਕਰਕੇ ਇਹ ਝਗੜਾ ਹੋਇਆ ਹੈ। ਮਰਨ ਵਾਲਿਆਂ ਵਿੱਚ 2 ਬਾਪ ਪੁੱਤ ਦੱਸੇ ਜਾ ਰਹੇ ਨੇ। ਇਸ ਮੌਕੇ ਪੁਲਿਸ ਨੇ ਕਿਹਾ ਹੈ ਕਿ ਇਹ ਜ਼ਮੀਨੀ ਝਗੜੇ 'ਚ ਬਾਪ ਅਤੇ ਪੁੱਤਰ ਦੀ ਮੌਤ ਹੋ ਗਈ ਹੈ ਅਤੇ ਦੂਜੇ ਪਾਸੇ 1 ਸ਼ਖਸ ਦੀ ਮੌਤ ਹੋ ਗਈ ਹੈ।
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਵੇਰੇ ਉਹ ਵਾਹਣ ਆਏ ਹੈ ਮੇਰੇ ਕੋਲ ਚਾਹ ਪਾਣੀ ਪੀ ਕੇ, ਅੱਗੇ ਇਹਨਾਂ ਨੇ ਇਕੱਠ ਕਰਿਆ ਪਤਾ, ਪਹਿਲੀ ਇਹਨਾਂ ਨੇ ਆਉਂਦੀ ਬਾਹਰ ਕਰਤਾ ਸਵੇਰ, ਕੋਈ ਪੁਰਾਣੀ ਨਹੀਂ ਗਿਆ, ਜ਼ਮੀਨ ਪਿੱਛੇ ਪੈਸੇ ਭਰਾ ਕੇ ਭਰੇ ਵੇ ਤੇ ਬਾਕੀ ਇਹਨਾਂ ਨੇ ਕੰਪਨੀ ਨੂੰ ਅੱਗੇ ਤੇ ਅੱਗੇ ਕਰਕੇ ਕਹਿੰਦੇ ਅਸੀਂ ਵਾਹਾਂਗੇ। ਇਹ ਪ੍ਰਾਈਵੇਟ ਕੰਪਨੀ ਹੈਗੀ। ਕਿੰਨੇ ਜਣੇ ਸੀਗੇ ਤੁਹਾਡੇ, ਕੀ ਲੱਗਦੇ ਸੀਗੇ? ਦੋਨੇ ਦੇ, ਮੇਰੇ ਦਾ ਭਰਾ ਤੇ ਮੁੰਡਾ। ਕਿੰਨੇ ਵਜੇ ਦੀ ਘਟਨਾ ਹੈਗੀ? ਸਵੇਰੇ 7:30 ਗਈ। ਅੱਗੇ ਬੱਚੇ ਕਿੰਨੇ ਨੇ ਜੀ ਉਹਨਾਂ ਦੇ? ਕੋਈ ਦੋ ਦੋ ਬੱਚੇ ਹੈ, ਬਰਾ ਮੁੰਡੇ ਦੇ ਭਤੀਜੇ ਦੇ, ਛੋਟੇ ਛੋਟੇ ਬੱਚੇ ਹੈ। ਕੀ ਮੰਗ ਕਰਦੇ? ਮੰਗਦੇ ਅਸੀਂ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਜੀ, ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਪੂਰੀ। ਸਰ ਜੀ, ਜਿਹੜੇ ਪਿੱਤਲ ਲੜਾਈ ਹੋਈ ਹੈ, ਤਿੰਨ ਬੰਦੇ ਡੈਥ, ਇਹਦੇ ਬਾਰੇ ਜਾਣਕਾਰੀ ਦਿਓ। ਇਹਦੇ ਇਸ ਤਰ੍ਹਾਂ ਜੀ, ਇਹ ਪਿੰਡ ਨਗਾਂ ਚਤਰਨਗਰ ਦੀ ਜ਼ਮੀਨ ਹੈ ਜੀ, ਇਹ ਕੰਪਨੀ ਨੇ ਖਰੀਦੀ ਹੋਈ ਹੈ। ਇਹਦੇ 'ਚ ਦੋਵੇਂ ਧਿਰਾਂ ਆਪਸ, ਇੱਕ ਧਿਰ ਕਹਿੰਦੀ ਮੈਂ ਇਹਦਾ ਠੇਕਾ ਭਰਿਆ, ਦੂਜੀ ਧਿਰ ਕਹਿੰਦੀ ਅਸੀਂ ਠੇਕਾ ਭਰਿਆ ਹੋਇਆ। ਇਹ ਨਹੀਂ ਪਤਾ ਵੀ ਹੁਣ ਕਿਹੜੇ ਨੇ ਠੇਕਾ ਭਰਿਆ ਹੋਇਆ, ਕਿਹੜੇ ਨੇ ਨਹੀਂ ਭਰਿਆ ਹੋਇਆ। ਇਹਨਾਂ ਦਾ ਆਪਸ ਟਕਰਾਅ ਹੋ ਗਿਆ ਅਤੇ ਹੁਣ 3 ਡੈਥ ਹੋ ਗਈ ਜੀ। ਇਹਦੇ ਕਿਹੜੀ ਕੰਪਨੀ ਜ਼ਮੀਨ ਆ ਸਰ? ਇਹ ਇੰਡੋਨੇਸ਼ੀਅਨ ਇੰਡੋਨੇਸ਼ੀਆ ਕੰਪਨੀ। ਚਤਰਨਗਰ ਪਿੰਡ ਥਾਣਾ ਸ਼ੰਭੂ ਏਰੀਏ 'ਚ ਖੇਤਾਂ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀਗਾ, ਉਹਦੇ ਮੱਦੇਨਜ਼ਰ ਜਿਹੜੀ ਹੈਗੀ ਹੈ ਨਗਾਵਾਂ ਅਤੇ ਚਤਰਪੁਰ ਦੇ ਬੰਦਿਆਂ ਦੀ ਜਿਹੜੀ ਹੈ ਆਪਸੀ ਲੜਾਈ ਹੋ ਗਈ, ਜਿਹਦੇ ਵਿੱਚ ਇੱਕ ਪਾਸਿਓਂ ਨਗਾਵਾਂ ਦੇ ਪਿਓ ਪੁੱਤ ਜਸਵਿੰਦਰ ਸਿੰਘ ਅਤੇ ਉਹਦਾ ਬਾਪ ਦਿਲਵਾਗ ਸਿੰਘ, ਇਹਨਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ 'ਤੇ ਮੌਤ ਹੋਈ ਹੈ। ਮੌਕੇ 'ਤੇ ਖੜ੍ਹੇ ਅਸੀਂ ਮੌਕਾ ਮਿਲਿਆ ਕਰ ਲਿਆ, ਸਾਰੇ ਹਾਲਾਤ ਪੜਤਾਲ ਕਰਕੇ ਜਿਹੜੀ ਬਣਦੀ ਕਾਰਵਾਈ ਜੋ ਵਾਰਸ ਬਿਆਨ ਦੇਣਗੇ ਉਹਦੇ ਮੁਤਾਬਕ ਉਹਨਾਂ ਅਨੁਸਾਰ ਕੀਤੀ ਜਾਏਗੀ। ਇਸ ਤਰੀਕੇ ਨਹੀਂ ਦੱਸਿਆ ਜਾ ਸਕਦਾ ਜੀ, ਇੱਦਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪੋਸਟਮਾਰਟਮ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਾਹਮਣੇ ਆਉਗੀ। ਜਲੰਧਰ ਦੇ ਇੰਡਸਟਰੀਅਲ ਏਰੀਆ 'ਚ ਬੀਤੀ ਰਾਤ ਟਰਾਂਸਫਾਰਮਰ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਨੇੜੇ ਹੀ ਲੱਕੜ ਦੀ ਇੱਕ ਛੋਟੀ ਜਿਹੀ ਦੁਕਾਨ ਸੜ ਕੇ ਸੁਆਹ ਹੋ ਗਈ, ਜਿਸ 'ਤੇ ਪ੍ਰਵਾਸੀ ਚਾਹ ਪਰਾਂਠੇ ਵੇਚਦੇ ਸਨ। ਅੱਗ ਲੱਗਣ ਦਾ ਪਤਾ ਲੱਗਦਾ ਹੀ ਆਸ ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਸੰਬੰਧੀ ਦੁਕਾਨ ਮਾਲਕ ਗੌਰਵ ਨੇ ਦੱਸਿਆ ਕਿ ਬੀਤੀ ਰਾਤ ਟਰਾਂਸਫਾਰਮਰ ਨੂੰ ਅੱਗ ਲੱਗੀ ਸੀ, ਜਿਸ ਕਾਰਨ ਸਾਡੀ ਲੱਕੜ ਦੀ ਛੋਟੀ ਦੁਕਾਨ ਸੜ ਕੇ ਸੁਆਹ ਹੋ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਔਖਾ ਸੀਗਾ ਭਾਈ, ਇੱਥੇ ਭਾਈ ਇੱਥੇ ਜਾ ਰਿਹਾ ਫਾਦਰ ਸਾਹਿਬ ਆ, ਬਿਮਾਰ ਹੀ ਰਹਿੰਦੇ ਪਹਿਲਾਂ ਤਾਂ, ਰਾਤ ਨੂੰ ਕਿਤੇ ਅੱਗ ਉੱਗ ਲੱਗ ਗਈ 12:30 ਸਾਢੇ 12 ਤਾਂ ਫਿਰ ਪਤਾ ਲੱਗਾ ਉਦੋਂ ਆਏ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ? ਸੀਗਾ ਭਾਈ 50-60 ਹਜ਼ਾਰ ਦਾ ਸੋਨਾ ਹੀ ਆ। ਅਤੇ ਮੈਂ ਕੋਈ ਹੈਲਪ ਹੁਲਪ ਹੁਣ ਕਿੱਦਾਂ ਸਾਡੀ ਕੀ ਆ, ਕਰਦਾ ਕੋਈ ਆ ਕਿ ਨਹੀਂ? ਦੇਖੋ ਭਾਈ ਹੁਣ ਗੌਰਮੈਂਟ ਵੱਲੋਂ ਜੇ ਕੁਛ ਮੁਆਵਜ਼ਾ ਮਿਲੇਗਾ ਤਾਂ ਹੀ ਆ। ਠੀਕ ਹੈ, ਅਤੇ ਅੱਗ ਲੱਗਣ ਦਾ ਕੁਛ ਕਾਰਨ ਪਤਾ ਲੱਗਿਆ ਵਾ ਭਾਈ? ਪਤਾ ਨਹੀਂ ਬਿਜਲੀ ਦਾ ਹੀ ਆ, ਸ਼ੋਰਟ ਸੜਕ ਜਾਂ ਪਤਾ ਨਹੀਂ ਚਿੰਗਾ ਰਹੇ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੂੰ ਮੋਟਰਾਂ ਵਾਲੀ ਬਿਜਲੀ ਸਮੇਂ ਸਿਰ ਦੇਣ ਦੇ ਦਾਅਵੇ ਕੀਤੇ ਜਾ ਰਹੇ ਨੇ, ਉੱਥੇ ਹੀ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ 'ਚ ਮੋਟਰਾਂ ਵਾਲੀ ਬਿਜਲੀ ਸਮੇਂ ਸਿਰ ਨਾ ਆਉਣ 'ਤੇ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਕਾਮਰੇਡ ਬਲਦੇਵ ਸਿੰਘ ਖਹਿਰਾ ਨੇ ਹੋਰ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਝੋਨੇ ਦੀ ਬਿਜਾਈ ਲਈ 16 ਜੂਨ ਦਾ ਸਮਾਂ ਦਿੱਤਾ ਗਿਆ ਸੀ, ਪਰ ਬਿਜਲੀ ਵਿਭਾਗ ਦਿੱਤੇ ਗਏ ਸਮੇਂ ਅਨੁਸਾਰ ਬਿਜਲੀ ਨਹੀਂ ਦੇ ਰਿਹਾ, ਜਿਸ ਕਰਕੇ ਕਿਸਾਨਾਂ ਨੂੰ ਸੁੱਕੇ 'ਚ ਹੀ ਝੋਨਾ ਲਾਉਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਕੱਦੂ ਕਰਨ ਅਤੇ ਝੋਨਾ ਲਵਾਈ ਤੱਕ ਕਰੀਬ 10,000 ਰੁਪਏ ਦਾ ਖਰਚਾ ਆ ਰਿਹਾ ਹੈ। ਉਹਨਾਂ ਕਿਹਾ ਕਿ ਬਿਜਲੀ ਦੀ ਕਿੱਲਤ ਨੂੰ ਲੈ ਕੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਬਿਜਲੀ ਮੰਤਰੀ ਨਾਲ ਸੰਪਰਕ ਕਰ ਚੁੱਕੇ ਹਾਂ, ਪਰ ਉਹਨਾਂ ਵੱਲੋਂ ਟਾਲਮਟੋਲ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਝੋਨੇ ਲੱਗ ਚੁੱਕੇ ਨੇ ਉਹ ਵੀ ਪੂਰੀ ਤਰ੍ਹਾਂ ਸੁੱਕ ਚੁੱਕੇ ਨੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕਿਸਾਨੀ ਡੁੱਬਦੀ ਹੈ ਤਾਂ ਉਸਦੀ ਸਿੱਧੀ ਜ਼ਿੰਮੇਵਾਰ ਸਰਕਾਰ ਹੋਵੇਗੀ। ਬਿਜਲੀ ਚਾਲੂ ਹੋਈ ਹੈ 16 ਤਰੀਕ ਤੋਂ,
ਉਸੇ ਦਿਨ ਤੋਂ ਹੀ ਸਾਨੂੰ ਇੰਨੀ ਪ੍ਰੋਬਲਮ ਆ ਵੀ ਐਰਕਾਂ ਇਹਨਾਂ ਨੇ ਬਿਜਲੀ ਬੋਰਡ ਨੇ ਪੰਜਾਬ ਸਰਕਾਰ ਦੀ ਸਹਿ 'ਤੇ ਜਿਹੜਾ ਡੀਂਗਾ ਮਾਰਦਾ ਹੈ ਕਿ ਮੈਂ ਕਿਸਾਨਾਂ ਦਾ ਹਤਾਸੀ ਹਾਂ, ਮੇਰੇ ਬਾਪੂ ਜਥੇਬੰਦੀਆਂ 'ਚ ਕੰਮ ਕਰਦੇ, ਮੈਂ ਕਿਸਾਨ ਦੇ ਟੈਲਾਂ ਤੱਕ ਪਾਣੀ ਪਹੁੰਚਾਊਂਗਾ ਅਤੇ ਲੋਕਾਂ ਨੂੰ ਮੋਟਰਾਂ ਬੰਦ ਕਰਨੀਆਂ ਪੈਣਗੀਆਂ। ਉਹਨਾਂ ਨੇ ਪਹਿਲਾਂ ਦੋ ਦੋ ਦਿਨ ਦੀ ਵਾਰੀ ਬੰਨ ਕੇ ਲੋਕਾਂ ਨਾਲ ਧਰੋਹ ਕੀਤਾ, ਅੱਗੇ 12 ਦਿਨਾਂ ਬਾਅਦ ਜਾ ਕੇ ਅਤੇ 24 ਘੰਟਿਆਂ ਬਾਅਦ ਇੱਕ ਦਿਨ ਬੱਤੀ ਆਉਂਦੀ ਹੁੰਦੀ, ਹੁਣ ਹਰ ਤੀਜੇ ਦਿਨ 24 ਘੰਟਿਆਂ ਬਾਅਦ ਬੱਤੀ ਆ ਰਹੀ ਆ, ਨਹੀਂ ਤਾਂ 16 ਘੰਟਿਆਂ ਬਾਅਦ ਬੱਤੀ ਹਰ ਕਿਸਾਨ ਨੂੰ ਮਿਲਦੀ ਸੀ, ਲੋਕਾਂ ਦੇ ਪਾਣੀ ਬਣੇ ਰਹਿੰਦੇ ਸੀ, 8 ਘੰਟੇ ਦੀ ਜਿਹੜੀ ਵਾਰੀ ਲੱਗਦੀ ਸੀ। ਹੁਣ ਕੁਝ ਦਿਨਾਂ ਤੋਂ ਜਿੱਦਣ ਵੀ 1:30 ਵਜੇ ਵਾਰੀ ਆਉਂਦੀ ਆ ਦੁਪਹਿਰੇ, ਜਿਵੇਂ ਕੱਲ੍ਹ 25 ਤਰੀਕ ਨੂੰ ਗਿੱਲਾਂ ਵਾਲੀ ਫੀਡਰ ਦੀ 1:30 ਵਜੇ ਵਾਰੀ ਸੀ, ਜਦੋਂ 1:30 ਵਜੇ ਬੱਤੀ ਨਾ ਆਈ ਅਤੇ ਅਸੀਂ ਫਿਰ ਕੰਟਰੋਲ ਰੂਮ 'ਤੇ ਫੋਨ ਕੀਤਾ, ਉਹ ਕਹਿੰਦੇ ਜੀ ਆਉਣ ਵਾਲੇ ਹੁਕਮਾਂ ਤੱਕ ਕੱਟ ਆ। ਫਿਰ ਫੋਨ ਕੀਤਾ, ਫਿਰ ਫੋਨ ਕੋਈ ਨਹੀਂ ਚੁੱਕਿਆ, ਫਿਰ ਕੱਟ ਆ। ਫਿਰ ਸਾਡੇ ਕੋਲ 6:15 ਵਜੇ ਬੱਤੀ ਆਈ, ਤਕਰੀਬਨ 3.5 ਘੰਟੇ ਬੱਤੀ ਸਾਨੂੰ ਸਾਰੀ 8 ਘੰਟਿਆਂ 'ਚ ਮਿਲੀ। ਆਹ ਜਿਹੜੇ ਖੇਤ ਦੇ ਵਿੱਚ ਖੜ੍ਹੇ ਹਾਂ, ਲੋਕਾਂ ਦੇ ਸੁੱਕੇ ਥਾਂ 'ਤੇ ਝੋਨੇ ਲਾ ਰਹੇ ਆ, ਸੁੱਕਾ ਥਾਂ ਲੋਕਾਂ ਦਾ, ਅੱਜ ਝੋਨਾ ਲਾ ਕੇ ਜਦੋਂ ਬਾਹਰ ਹੁੰਦਾ ਬੰਦਾ 10,000 ਰੁਪਈਆ ਖਰਚਾ ਲੱਗਦਾ ਲਾਭ ਅਤੇ ਦਵਾਈ ਅਤੇ ਕੱਦੂ ਕਰਵਾਈ, ਇਹ ਲਾਭ ਜਿਹੜੀ ਪਨੀਰੀਆਂ ਪੁੱਟੀਆਂ ਲੋਕਾਂ ਦੀਆਂ ਖਰਾਬ ਹੋਣ ਡਈਆਂ ਨੇ। ਅਸੀਂ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਆ, ਅਸੀਂ 1912 'ਤੇ ਫੋਨ ਵੀ ਕੀਤਾ, ਉਹ ਵੀ ਸਾਡੀਆਂ ਸ਼ਿਕਾਇਤਾਂ ਲਿਖ ਲਈਆਂ ਉਹਨਾਂ। ਫਿਰ ਅਸੀਂ ਜਿਹੜਾ ਚੀਫ ਆ ਪਟਿਆਲਾ ਕੰਟਰੋਲ ਰੂਮ ਦੇ ਉੱਤੇ ਉਹਨਾਂ ਨਾਲ ਗੱਲ ਕੀਤੀ ਆ, ਉਹ ਕਹਿੰਦੇ ਸਾਡੇ ਵਟਸਐਪ 'ਤੇ ਪਾਓ। ਜਦੋਂ ਉਹਨਾਂ ਨੂੰ ਵਟਸਐਪ 'ਤੇ ਪਾਇਆ ਤਾਂ ਉਹ ਕਹਿੰਦੇ ਆ ਵੀ 1912 'ਤੇ ਸ਼ਿਕਾਇਤ ਕਰੋ, ਜਿੱਥੇ ਅਸੀਂ ਪਹਿਲਾਂ ਹੀ ਘਰ ਬੈਠੇ ਹਾਂ, ਅਸੀਂ ਕਰੀਏ ਤਾਂ ਕਿਹਦੇ ਨਾਲ ਗੱਲ ਕਰੀਏ। ਬੀਤੇ ਦਿਨੀ ਨੰਗਲ ਦੇ ਕਰੀਬੀ ਪਿੰਡ ਪਿਬੋਰ ਸਾਹਿਬ ਵਿਖੇ 2 ਗੁੱਟਾਂ ਦੇ ਵਿੱਚ ਝੜਪ ਹੋ ਗਈ, ਜਿਸ ਦੌਰਾਨ ਗੋਲੀ ਚੱਲਣ ਦੀ ਗੱਲ ਵੀ ਸਾਹਮਣੇ ਆਈ ਹੈ, ਪਰੰਤੂ ਪੁਲਿਸ ਨੇ ਗੋਲੀ ਚੱਲਣ ਨੂੰ ਸਿਰਫ ਇੱਕ ਅਫਵਾਹ ਹੀ ਦੱਸਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਸ ਕਿਸਮ ਦੀ ਕੋਈ ਵੀ ਗੱਲ ਜਾਂਚ 'ਚ ਸਾਹਮਣੇ ਨਹੀਂ ਆਈ ਹੈ। ਪੁਲਿਸ ਪ੍ਰਸ਼ਾਸਨ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਫਿਲਹਾਲ ਇੱਕ ਧਿਰ ਦੇ ਬਿਆਨਾਂ ਦੇ ਤਹਿਤ ਦੂਜੀ ਧਿਰ ਦੇ 3 ਨੌਜਵਾਨਾਂ ਦੇ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਇਹ ਜਿਹੜਾ ਅਸੀਂ 3 ਬੰਦਿਆਂ ਦੇ ਕੇਸ 'ਚ ਜਿਹੜਾ ਪਰਚਾ ਦਰਜ ਕੀਤਾ, ਇਹ ਫਿਰ ਨੰਬਰ 77 ਆ, ਅੰਡਰ ਸੈਕਸ਼ਨ 342, 323, 524, 506, 148, 149 IPC, ਅਤੇ ਇਹ ਅਨਮੋਲ ਰਾਣਾ ਦਾ ਜਿਹੜਾ ਮਦਈ ਹੈਗਾ ਉਹਦੇ ਬਿਆਨਾਂ 'ਤੇ ਪਰਚਾ ਦਿੱਤਾ ਹੈਗਾ, ਅਤੇ ਉਹਦੇ ਵਿੱਚ ਹੈਗਾ ਗੱਜਾ ਵਾਸੀ ਸੁਆਮੀਪੁਰ, ਬਿਨੇ ਵਾਸੀ ਨਹਿਲਾ ਹਿਮਾਚਲ ਦਾ ਰਹਿਣ ਵਾਲਾ ਹੈ, ਸਮਰ ਵਾਸੀ ਭੰਗੂਰ ਪਿੰਡ ਦਾ ਰਹਿਣ ਵਾਲਾ ਹੈਗਾ, ਬਾਕੀ 7-8 ਬੰਦੇ ਜਿਹੜੇ ਅਣਪਛਾਤੇ ਲਿਖਾਏ ਹੈਗੇ। ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗਲੋਨੀ ਥਾਣਾ ਕੋਟੀਸੇ ਖਾਂ ਜ਼ਿਲ੍ਹਾ ਮੋਗਾ, ਜਿਸ ਦੀ ਦੁਕਾਨ ਪਿੰਡ ਸ਼ਾਹ ਅਬੂ ਬਕਰ ਵਿੱਚ ਅੱਡੇ 'ਤੇ ਬਿਜਲੀ ਅਤੇ ਹੋਰ ਸਮਾਨ ਦੀ ਹੈ, ਜੋ ਦੋਸ਼ੀ ਗੁਰਜੀਤ ਸਿੰਘ ਉਰਫ ਸਾਬਾ ਪੁੱਤਰ ਮਾਲ ਸਿੰਘ ਵਾਸੀ ਪਿੰਡ ਬਗੇਲੇ ਵਾਲਾ ਥਾਣਾ ਸਦਰ ਜੀਰਾ ਦੁਕਾਨ ਤੋਂ AC ਦੇ ਸਵਿੱਚ ਲੈਣ ਲਈ ਆਇਆ ਸੀ ਅਤੇ ਜਸਵੀਰ ਸਿੰਘ ਨੇ ਸਮਾਨ ਉਧਾਰ ਦੇਣ ਤੋਂ ਨਾ ਕਰਨ 'ਤੇ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਘਰੋਂ ਆਪਣਾ ਲਾਇਸੈਂਸੀ ਰਿਵੋਲਵਰ ਲਿਆ ਕੇ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ 'ਤੇ ਫਾਇਰ ਕੀਤਾ, ਜੋ ਉਸਦੀ ਖੱਬੀ ਲੱਤ ਦੇ ਵਿੱਚ ਲੱਗਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿਸ ਖਿਲਾਫ਼ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਜਸਵੀਰ ਸਿੰਘ ਹੈ, ਇੱਕ ਗਲੋਨੀ ਪਿੰਡ ਆ ਥਾਣਾ ਕੋਟ ਇਸ ਸਿਖਾਂ ਦੇ ਵਿੱਚ, ਉਹਦੀ ਬਿਜਲੀ ਦੇ ਸਮਾਨ ਦੀ ਅਤੇ ਸਪੇਅਰ ਪਾਰਟ ਦੀ ਦੁਕਾਨ ਆ ਬਗੇਲੇ ਵਾਲਾ ਬੱਸ ਅੱਡੇ 'ਤੇ, ਅਤੇ ਬਗੇਲੇ ਵਾਲਾ ਪਿੰਡ ਦਾ ਹੀ ਇੱਕ ਗੁਰਜੀਤ ਸਿੰਘ ਆ, ਇਹ 22 ਤਰੀਕ ਨੂੰ ਇਹ ਦੁਕਾਨ 'ਤੇ ਕੁਛ ਇਹ ਤੋਂ ਸਮਾਨ ਲੈਣ ਗਿਆ ਸੀ ਉਧਾਰ, ਇਹਨੇ ਇਨਕਾਰ ਕਰਤਾ ਦੁਕਾਨਦਾਰ ਨੇ, ਉਹਨੇ ਕਿਹਾ ਵੀ ਇਹਨੇ ਕਿਉਂਕਿ ਇਹ ਤੋਂ ਪਹਿਲਾਂ ਵੀ 1-2 ਵਾਰੀ ਸਮਾਨ ਲੈ ਗਿਆ ਸੀ, ਉਹਦੇ ਪੈਸੇ ਮੁੜੇ ਨਹੀਂ ਸੀਗੇ, ਉੱਥੋਂ ਇਹ ਚਲਾ ਗਿਆ। ਇਸ ਗੱਲ ਦਾ ਗੁੱਸਾ ਕਰਕੇ ਥੋੜ੍ਹੀ ਦੇਰ ਬਾਅਦ ਆਪਦਾ ਲਾਇਸੈਂਸੀ ਰਿਵਾਲਵਰ ਇਹ ਲੈ ਕੇ ਅਤੇ ਉਹਦੀ ਦੁਕਾਨ 'ਤੇ ਉਹਦੇ 'ਤੇ ਇਹਨੇ ਮਾਰਨ ਦੀ ਨੀਤ ਨਾਲ ਫਾਇਰ ਕਰਤਾ, ਜਿਹੜਾ ਉਹਦੀ ਖੱਬੀ ਲੱਤ ਦੇ ਵਿੱਚ ਵੱਜਿਆ, ਅਤੇ ਉਸ ਤੋਂ ਬਾਅਦ ਬੰਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ।
ਜੰਮੂ ਦੇ ਆਰਐਸਪੁਰਾ ਇਲਾਕੇ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਬਜ਼ੁਰਗ ਔਰਤ ਨੂੰ ਉਸਦੇ ਭਤੀਜੇ ਨੇ ਕੁੱਟ ਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਪ੍ਰਭਲੀਨ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਲੇਨ ਨੰਬਰ 7 ਡਗਿਆਣਾ ਜੰਮੂ ਵਜੋਂ ਹੋਈ ਹੈ। ਮੁਲਜ਼ਮਾਂ ਖਿਲਾਫ਼ ਧਾਰਾ 341, 323, 504, 506 ਤੇ 34 IPC ਤਹਿਤ ਥਾਣਾ ਆਰਐਸਪੁਰਾ ਵਿਖੇ ਮੁਕੱਦਮਾ ਨੰਬਰ 130 ਦਰਜ ਕਰ ਲਿਆ ਗਿਆ। ਪਿਛਲੇ ਕਈ ਸਾਲਾਂ ਪਹਿਲਾਂ ਨਵਾਂਸ਼ਹਿਰ ਦੇ ਪਿੰਡ ਕੰਗਾ ਦੇ ਪੈਟਰੋਲ ਪੰਪ ਤੇ ਪਿੰਡ ਕੰਗਾ ਦੇ ਰਹਿਣ ਵਾਲੇ ਮੱਖਣ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਜੋ ਕਿ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਜਿਸ ਦੇ ਤਿਆਰ ਸੋਨੂ ਖੱਤਰੀ ਗੈਂਗ ਦੇ ਨਾਲ ਜੁੜੇ ਸਨ। ਇਸ ਕਤਲਕਾਂਡ ਦੇ ਵਿੱਚ ਇੱਕ ਨੌਜਵਾਨ ਖੜਕ ਸਿੰਘ ਉਰਫ ਗੱਗੂ ਪੁੱਤਰ ਕੁਲਵੰਤ ਸਿੰਘ ਪਿੰਡ ਸੁੱਧਾ ਮਾਜਰਾ ਦਾ ਰਹਿਣ ਵਾਲਾ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਪਰੰਤੂ ਉਸਦੀ ਕੇਂਦਰੀ ਜੇਲ੍ਹ ਦੇ ਵਿੱਚ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਗਈ ਹੈ, ਜਿਸ ਦਾ ਅੱਜ ਉਸਦੇ ਨਾਨਕੇ ਪਿੰਡ ਸੁੱਧਾ ਮਾਜਰਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦਾ ਨਾਂ ਹੈ ਖੜਕ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਸੁੱਧੇ ਮਾਜਰਾ, ਇਹ ਨਾਨਕੇ ਘਰ ਰਹਿੰਦਾ ਸੀ। ਇਹ ਪਿਛਲੇ ਬੀਤੇ ਸਮੇਂ ਇੱਕ ਸੋਨੂ ਖੱਤਰੀ ਗੈਂਗ ਨੇ ਮੱਖਣ ਸਿੰਘ ਦਾ ਕਤਲ ਕਰਤਾ ਸੀ ਪੈਟਰੋਲ ਪੰਪ 'ਤੇ, ਉਹਦੀ ਉਹਨੇ ਜ਼ਿੰਮੇਵਾਰੀ ਲਈ ਸੀ। ਉਸ ਕੇਸ ਵਿੱਚ ਖੜਕ ਸਿੰਘ ਗ੍ਰਿਫਤਾਰ ਕੀਤਾ ਗਿਆ ਸੀ, ਇਹ ਕੇਂਦਰੀ ਜੇਲ੍ਹ ਲੁਧਿਆਣੇ ਬੰਦ ਸੀ। ਉੱਥੇ ਮੌਤ ਮਤਲਬ ਜੇਰੇ ਲਾਜੇ ਦੀ ਡੈਥ ਹੋ ਗਈ ਅਤੇ ਕੱਲ੍ਹ ਦੀ ਡੈਡ ਬੋਡੀ ਆ ਗਈ ਸੀ, ਅਤੇ ਉਸ ਤੋਂ ਬਾਅਦ ਡੈਡ ਬੋਡੀ ਇਹਦੀ ਫਰਿੱਜ 'ਚ ਰੱਖੀ ਗਈ ਸੀ। ਅੱਜ ਇਹਦਾ ਸੰਸਕਾਰ ਹੋ ਗਿਆ ਉੱਥੇ ਪਿੰਡ ਸੁੱਧੇ ਮਾਜਰਾ ਜੀ। ਵਿਸ਼ਵ ਭਰ ਦੇ ਵਿੱਚ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਉੱਥੇ ਹੀ ਅੱਜ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਤੇ DIG ਬਾਰਡਰ ਰੇਂਜ ਰਾਕੇਸ਼ ਕੌਂਸਲ ਵੱਲੋਂ ਅੱਜ ਸਵੇਰੇ ਖੰਨਾ ਪੇਪਰ ਮਿਲ ਦੇ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਅਗਨੀ ਭੇਟ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ DIG ਰਾਕੇਸ਼ ਕੌਂਸਲ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਅਸੀਂ 200 ਕਿਲੋ ਦੇ ਕਰੀਬ ਨਸ਼ੀਲੇ ਪਦਾਰਥਾਂ ਨੂੰ ਅਗਨੀ ਭੇਟ ਕੀਤਾ। ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਰਹੱਦੀ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਤਰਨ ਤਾਰਨ, ਬਟਾਲਾ ਅਤੇ ਗੁਰਦਾਸਪੁਰ ਸਮੇਤ 4 ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਿਛਲੇ 3-4 ਮਹੀਨਿਆਂ ਦੌਰਾਨ ਬਰਾਮਦ 200 ਕਿਲੋ ਹੈਰੋਇਨ, ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਹੋਰ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਨੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਤਸਕਰੀ ਅੱਜ ਵੀ ਸਭ ਤੋਂ ਵੱਡੀ ਚੁਣੌਤੀ। ਪੁਲਿਸ ਅਤੇ BSF ਵੱਲੋਂ ਸਾਂਝੀ ਮੁਹਿੰਮ ਦੌਰਾਨ 100 ਤੋਂ ਵੱਧ ਡਰੋਨ ਵੀ ਬਰਾਮਦ ਕੀਤੇ ਜਾ ਚੁੱਕੇ ਨੇ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਅਤੇ ਉਹਨਾਂ ਨੂੰ ਕਿਹਾ ਹੈ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਪੁਲਿਸ ਵੀ ਕੁਝ ਨਹੀਂ ਕਰ ਸਕਦੀ। 4 ਤੋਂ 5 ਡਿਸਟ੍ਰਿਕਟ ਦਾ ਇੱਥੇ ਜਿਹੜਾ ਨਸ਼ਾ ਜਿਹੜਾ ਅੱਜ ਇਕੱਠਾ ਡਿਸਪੋਜ਼ ਕੀਤਾ ਜਾ ਰਿਹਾ ਹੈ। ਇਹ ਮਾਨਯੋਗ CM ਸਾਹਿਬ ਦੀਆਂ, ਮਾਨਯੋਗ DGP ਸਾਹਿਬ ਦੀ ਜਿਹੜੀ ਕਮਿਟਮੈਂਟ ਆ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ, ਉਸ ਕਮਿਟਮੈਂਟ ਤਹਿਤ ਪੁਲਿਸ ਨੇ ਪਿਛਲੇ ਸਮੇਂ 'ਚ ਬਹੁਤ ਮਿਹਨਤ ਕੀਤੀ ਆ। ਮਿਹਨਤ ਕਰਕੇ ਜਿਹੜਾ ਇਹ ਕਾਮਯਾਬੀਆਂ ਹੋਈਆਂ ਨੇ, ਉਹ ਕਾਮਯਾਬੀਆਂ 'ਚ ਜੋ ਵੀ ਹੋਈਆਂ ਨੇ, ਜਿਨ੍ਹਾਂ ਦਾ ਨਸ਼ਾ ਹੈਗਾ ਉਹ ਅੱਜ ਡਿਸਟ੍ਰੋਏ ਕੀਤਾ ਜਾ ਰਿਹਾ। ਕਿੰਨਾ ਨਸ਼ਾ ਵਾ ਅਤੇ ਕੀ ਕੁਝ ਹੈਗਾ ਇਹਦੇ ਵਿੱਚ? ਇਹਦੇ 'ਚ ਹੀਰੋਇਨ ਹੈ ਵੱਡੀ ਮਾਤਰਾ ਦੇ ਵਿੱਚ, ਇਹਦੇ 'ਚ ਨਸ਼ੀਲੀਆਂ ਗੋਲੀਆਂ ਨੇ, ਮੇਜਰ ਤੌਰ 'ਤੇ 2 ਨਸ਼ੇ ਨੇ ਉਹ ਜਿਹੜੇ ਅੱਜ ਡਿਸਟ੍ਰੋਏ ਕੀਤੇ। ਕਿੰਨੀ ਹੈਰੋਇਨ ਹੈਗੀ? ਜਿਹੜੀ ਕਮਿਸ਼ਨਰੇਟ ਦੀ ਆ 29 ਕਿਲੋ ਦੇ ਕਰੀਬ ਹੈਗੀ ਆ, ਅਤੇ ਕਈ ਮੋਰ ਦੈਨ 1 ਲੱਖ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ। ਇਵੇਂ ਅਲੱਗ ਅਲੱਗ ਬਾਕੀ ਡਿਸਟ੍ਰਿਕਟ ਦੀਆਂ ਆਪਣੀਆਂ ਆਪਣੀਆਂ ਹੈਗੀਆਂ, ਘੱਟੋ ਘੱਟ 2 ਕੁਇੰਟਲ ਜਿਹੜਾ ਸਾਰੇ ਇੱਥੋਂ ਦਾ, ਮੋਰ ਦੈਨ 2 ਕੁਇੰਟਲ ਹੋ ਜਾਣ। ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪਟਿਆਲਾ ਸ਼ਹਿਰ ਦੇ ਵਿੱਚ ਵੱਖ ਵੱਖ ਸਥਾਨਾਂ 'ਤੇ 5 ਕਿਲੋਵਾਟ ਦੇ 7 ਸੋਲਰ ਦਰਖਤ ਚਾਲੂ ਕਰਨ ਦੀ ਵਿਲੱਖਣ ਪਹਿਲਕਦਮੀ ਕੀਤੀ ਹੈ। ਇਸ ਪ੍ਰੋਜੈਕਟ ਦਾ ਅੱਜ ਉਦਘਾਟਨ ਕਰਦਿਆਂ ਬਿਜਲੀ ਮੰਤਰੀ ਸ਼੍ਰੀ ਹਰਭਜਨ ਸਿੰਘ ETO ਨੇ ਕਿਹਾ ਕਿ 7 ਸੋਲਰ ਟ੍ਰੀ ਵਿੱਚੋਂ 1 ਸੋਲਰ ਦਰਖਤ PSPCL ਦੇ ਹੈੱਡ ਆਫਿਸ ਦੇ ਵਿੱਚ ਅਤੇ ਬਾਕੀ 6 ਸੋਲਰ ਦਰਖਤ
ਪਟਿਆਲਾ ਦੇ ਵਿੱਚ PSPCL ਦੀਆਂ ਪਾਵਰ ਕਲੋਨੀਆਂ ਦੇ ਵਿੱਚ ਲਗਾਏ ਗਏ ਨੇ। ਦੱਸ ਦਈਏ ਕਿ ਸੋਲਰ ਦਰਖਤ ਨਵੀਨਤਾਕਾਰੀ ਢਾਂਚੇ ਨੇ ਜੋ ਰੁੱਖਾਂ ਵਰਗੇ ਦਿਖਾਈ ਦਿੰਦੇ ਨੇ, ਸੂਰਜੀ ਊਰਜਾ ਦਾ ਉਪਯੋਗ ਕਰਨ ਲਈ ਡਿਜ਼ਾਈਨ ਕੀਤੇ ਗਏ ਨੇ ਅਤੇ ਇਸ ਤੋਂ ਇਲਾਵਾ PSPCL ਦੀਆਂ ਇਮਾਰਤਾਂ 'ਤੇ 31 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਦੀ ਸਥਾਪਨਾ ਲਈ ਟੈਂਡਰਿੰਗ ਪ੍ਰਕਿਰਿਆ ਜਾਰੀ ਹੈ। ਅੱਜ ਦੇ ਸਮੇਂ ਦੇ ਵਿੱਚ ਗ੍ਰੀਨ ਐਨਰਜੀ ਜਿਹੜੀ ਆ, ਦਿਸ ਇਜ਼ ਦਾ ਨੀਡ ਆਫ ਦਾ ਆਰ, ਕਿਉਂਕਿ ਜਿਹੜੀਆਂ ਦੂਸਰੀਆਂ ਥਰਮਲ ਜਿਹੜਾ ਸੋਰਸ ਆ ਉਹਦੇ ਨਾਲ ਕਾਫੀ ਸਾਨੂੰ ਕੋਲੇ ਦੀ ਯੂਟੀਲਾਈਜੇਸ਼ਨ ਵੀ ਕਰਨੀ ਪੈਂਦੀ ਆ ਔਰ ਉਹਦੇ ਨਾਲ ਵਾਤਾਵਰਨ ਵੀ ਜਿਹੜਾ ਉਹ ਦੂਸ਼ਿਤ ਹੁੰਦਾ। ਸੋ ਸੋਲਰ ਐਨਰਜੀ ਨੂੰ PSPCL ਦੁਆਰਾ ਪੂਰੀ ਤਰ੍ਹਾਂ ਪ੍ਰਮੋਟ ਕੀਤਾ ਜਾ ਰਿਹਾ। ਅੱਜ ਇੱਕ ਨਵੀਂ ਟੈਕਨੀਕ ਜਿਹਨੂੰ ਸੋਲਰ ਟ੍ਰੀ ਦਾ ਨਾਂ ਜਿਹੜਾ ਪੈ ਗਿਆ, ਉਹ ਅਸੀਂ ਪੂਰੇ ਪਟਿਆਲੇ ਦੇ ਵਿੱਚ ਇੱਕ ਹੈੱਡ ਆਫਿਸ ਦੇ ਵਿੱਚ ਅਤੇ 6 ਕਲੋਨੀ ਜਿਹੜੀ ਸਾਡੇ ਕੋਲ ਪਾਵਰਕੌਮ ਦੀ ਕਲੋਨੀ ਆ ਉਹਦੇ ਵਿੱਚ ਲਗਾਏ ਨੇ। 5 ਕਿਲੋਵਾਟ ਦਾ ਇੱਕ ਇਹ ਟ੍ਰੀ ਜਿਹੜਾ ਆ ਇਹ ਬਣਿਆ, ਕੁੱਲ 35 ਜਿਹੜੇ ਕਿਲੋਵਾਟ ਆ ਉਹ 35 ਕਿਲੋਵਾਟ ਦਾ ਸੋਲਰ ਟ੍ਰੀ ਲਗਾਏ ਗਏ ਨੇ ਔਰ ਲਗਭਗ 52,000 ਯੂਨਿਟ ਜਿਹੜੇ ਨੇ ਸਾਲਾਨਾ ਇਹਦੇ ਤੋਂ ਪੈਦਾ ਹੋਣਗੇ ਔਰ ਇਹਦੇ ਨਾਲ ਕਾਫੀ ਜਿਹੜੀ ਆ ਕਾਰਬਨ ਡਾਈਆਕਸਾਈਡ ਦੀ ਮਾਤਰਾ ਜਿਹੜੀ ਆ ਉਹ ਕਾਫੀ ਘਟੇਗੀ, ਕਿਉਂਕਿ ਜੇ ਅਸੀਂ ਇਹਨੂੰ ਬਾਕੀ ਟ੍ਰੀਜ਼ ਦੇ ਮੁਕਾਬਲੇ ਕੰਪੇਅਰ ਕਰੀਏ ਤਾਂ ਲਗਭਗ 1,000 ਟ੍ਰੀਜ਼ ਦੇ ਬਰਾਬਰ ਇਹ 7 ਸੋਲਰ ਟ੍ਰੀਜ਼ ਨੇ। ਸੋ ਮੈਂ ਪੂਰੇ ਪੰਜਾਬ ਦੇ ਵਾਸੀਆਂ ਨੂੰ ਅੱਜ ਇਸ ਨਵੀਂ ਟੈਕਨੀਕ ਵਾਸਤੇ ਵਧਾਈ ਵੀ ਦਿੰਦਾ ਔਰ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਜਿੱਥੇ ਜਿੱਥੇ ਵੀ ਸਾਡੇ ਕੋਲ, ਵੈਸੇ ਤਾਂ ਇੱਕ ਸੋਲਰ ਪੈਨਲ ਜਿਹੜੇ ਘਰਾਂ ਦੇ ਉੱਤੇ ਵੀ ਲੱਗ ਜਾਂਦੇ ਨੇ, ਜਿੱਥੇ ਜਗ੍ਹਾ ਦੀ ਘਾਟ ਹੋਵੇ ਉੱਥੇ ਇਸ ਤਰ੍ਹਾਂ ਦੇ ਸੋਲਰ ਟ੍ਰੀ ਜਿਹੜੇ ਨੇ ਉਹ ਲਗਾਏ ਜਾਣੇ ਚਾਹੀਦੇ ਨੇ ਤਾਂ ਕਿ ਸਾਡੇ ਕੋਲ ਗ੍ਰੀਨ ਐਨਰਜੀ ਹੋ ਸਕੇ। ਅਸੀਂ ਜਿਹੜੀ ਦੂਸਰੇ ਟ੍ਰੈਡੀਸ਼ਨਲ ਕਨਵੈਨਸ਼ਨਲ ਮੈਥਡਸ ਨੇ ਸਾਡੇ ਕੋਲ ਜਿਹੜੇ ਫੋਰ ਦਾ ਜਨਰੇਸ਼ਨ ਆਫ ਪਾਵਰ, ਉਹਦੇ ਤੋਂ ਅਸੀਂ ਥੋੜ੍ਹਾ ਜਿਹਾ ਡਿਪੈਂਡੈਂਸ ਆਪਣੀ ਜਿਹੜੀ ਆ ਉਹ ਘਟਾ ਸਕੀਏ। ਪੰਜਾਬੀ ਨਿਊਜ਼ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਦੇ ਉੱਪਰ।